ਲਓ ਬਈ ਵੈਲਕਮ ਬੈਕ। ਕਿੱਦਾਂ ਸਾਰੇ? ਠੀਕ ਠਾਕ ਹੋ? ਮੂਵੀ ਆਪਾਂ ਵੇਖਣੇ ਰੁਪਿੰਦਰ ਗਾਂਧੀ 2 ਤੇ ਜਿੱਥੋਂ ਛੱਡੀ ਸੀ ਉੱਥੋਂ ਹੀ ਕਰਦੇ ਹਾਂ ਜੀ ਫਟਾਫਟ ਸ਼ੁਰੂ। ਤੇ ਮੰਨਣਾ ਪਏਗਾ ਕਿ ਲੋਕ ਪੁੱਛਣ ਲੱਗ ਪਏ ਸੀ ਤੈਨੂੰ ਹਰ ਸਮਾਗਮ ਹਰ ਟੂਰਨਾਮੈਂਟ ਦੇ ਵਿੱਚ ਤੈਨੂੰ ਹੀ ਚੀਫ ਗੈਸਟ ਬੁਲਾਉਣ ਲੱਗ ਪਏ ਸੀ। ਸਾਨੂੰ ਤਾਂ ਇਉਂ ਲੱਗਣ ਲੱਗ ਪਿਆ ਸੀ ਜਿਵੇਂ MLA MP ਅਸੀਂ ਨਹੀਂ ਤੂੰ ਹੋਵੇਂ ਜਿਸਨੂੰ ਇਲਾਕੇ ਦੇ ਲੋਕ ਇੰਨਾ ਸਤਿਕਾਰ ਦੇਣ ਲੱਗ ਜਾਣ ਤਾਂ ਉਸਨੂੰ MLA ਜਾਂ MP ਬਣਨ ਤੋਂ ਕੋਈ ਰੋਕ ਸਕਦਾ ਤਾਂ ਮੌਤ ਸਿਰਫ ਤੇਰੀ ਮੌਤ। ਤੂੰ ਉਸ ਲੰਡੂ ਜਿਹੇ ਪ੍ਰਧਾਨ ਦੇ ਸਿਰ ਤੇ ਟੱਪਦਾ ਸੀ ਨਾ, ਹੁਣ ਕਿੱਥੇ ਹੈ ਤੇਰਾ ਉਹ ਪ੍ਰਧਾਨ? DSP ਸਾਹਿਬ ਸਾਰਾ ਪੰਜਾਬ ਜਾਣਦਾ ਹੈ ਪਹਿਲਵਾਨਾਂ ਨੇ ਚੁੱਕਿਆ ਗਾਂਧੀ ਨੂੰ। ਤੁਸੀਂ ਪਹਿਲਵਾਨ ਨੂੰ ਫੜੋ ਜਿਵੇਂ ਕਿਵੇਂ, ਫਿਰ ਗਾਂਧੀ ਮਿਲ ਜੂ ਜਨਾਬ। ਅਤੇ ਜੇਕਰ ਪਹਿਲਵਾਨ ਨਹੀਂ ਮਿਲਦਾ ਤਾਂ ਸਮਝ ਲਓ ਕੋਈ ਗੜਬੜ ਹੈ ਜਨਾਬ। ਪ੍ਰਧਾਨ ਜੀ, ਅਸੀਂ ਤਾਂ ਚੱਪਾ ਚੱਪਾ ਛਾਣ ਮਾਰਿਆ, ਨਾ ਸਾਨੂੰ ਗਾਂਧੀ ਦਾ ਪਤਾ ਲੱਗਿਆ ਨਾ ਭਲਵਾਨ ਦਾ ਪਤਾ ਲੱਗਿਆ। ਭਲਵਾਨ ਦੇ ਰਿਸ਼ਤੇਦਾਰਾਂ ਨਾਲ ਸਾਰਾ ਥਾਣਾ ਭਰਿਆ ਪਿਆ, ਸਾਲਾ ਕੋਈ ਕੁਛ ਨਹੀਂ ਦੱਸਦਾ। ਪਰ ਪਤਾ ਕਰਨਾ ਪਊ ਜਨਾਬ, ਪਤਾ ਕਰਨਾ ਪਊ। ਪ੍ਰਧਾਨ ਜੀ, ਪੁਲਿਸ ਤਾਂ ਆਪਣਾ ਪੂਰਾ ਵਾਹ ਲਾ ਦੂੰਗੀ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਤੁਸੀਂ ਇਹ ਗੁੰਡੇ ਵਾਸਤੇ ਨੇਤਾਬ ਲੈ ਕੇ ਹੋਏ ਹੋਏ ਹੋ। ਗਾਂਧੀ ਗੁੰਡਾ ਨਹੀਂ ਹੈ, ਜਿੱਥੋਂ ਤੱਕ ਮੈਂ ਉਸਨੂੰ ਜਾਣਦਾ ਉਹ ਹੀਰਾ ਬੰਦਾ ਜਨਾਬ। ਲਓ ਵੀ ਇਹ ਪੈਗ ਮੇਰੇ ਛੋਟੇ ਵੀਰ ਗਾਂਧੀ ਦੇ ਨਾਂ। ਬਾਈ ਸੱਚ ਮੰਨਿਓ, ਮੈਨੂੰ ਯਕੀਨ ਨਹੀਂ ਸੀ ਬਾਈ ਲੁਧਿਆਣੇ ਵਾਲੇ ਇਲੈਕਸ਼ਨ ਆਪਣਾ ਬੰਦਾ ਜਿੱਤ ਜਾਊ, ਇਹ ਸਭ ਤੇਰੇ ਕਰਕੇ ਹੋਇਆ ਗਾਂਧੀ। ਲੈ ਦੱਸ ਬਾਈ, ਆਹ ਕਿਹੜੀ ਗੱਲ ਹੈ, ਤੁਹਾਡੇ ਲਈ ਤਾਂ ਜਾਨ ਵੀ ਹਾਜ਼ਰ ਹੈ। ਲੈ ਦੱਸ, ਉਹ ਹੁਣ ਸਾਰਾ ਕੁਛ ਤੂੰ ਹੀ ਕਰਨਾ, ਉਹ ਵੱਡੇ ਭਰਾ ਦਾ ਵੀ ਕੋਈ ਫਰਜ਼ ਬਣਦਾ ਹੈ। ਬਾਈ ਹੁਣ ਤੁਸੀਂ ਐਂ ਕਰੋ, 5-7 ਦਿਨ ਚੰਡੀਗੜ੍ਹ ਲਾਓ, ਖਰਚੇ ਪਾਣੀ ਦੀ ਬਿਲਕੁਲ ਟੈਨਸ਼ਨ ਨਹੀਂ ਲੈਣੀ, ਉਹ ਉੱਥੇ ਆਪਣਾ ਬੰਦਾ ਗਾਚਾ, ਸਾਰੀ ਜ਼ਿੰਮੇਵਾਰੀ ਉਹਦੀ ਆ, ਤੁਸੀਂ ਬਸ ਐਸ਼ ਕਰਨੀ ਹੈ। ਗਾਚਾ ਆਓ ਗਾਂਧੀ ਬਾਈ ਜੀ ਆਓ, ਬਹੁਤ ਸੁਣਿਆ ਸੀ ਪ੍ਰਧਾਨ ਸਾਹਿਬ ਤੋਂ ਤੁਹਾਡੇ ਬਾਰੇ, ਅੱਜ ਦਰਸ਼ਨ ਵੀ ਹੋ ਗਏ। ਫਿਰ ਤਾਂ ਤੁਸੀਂ ਮੇਰੇ ਬਾਰੇ ਵੀ ਸੁਣਿਆ ਹੀ ਹੋ। ਸਭ ਜਾਣਦਾ ਨਹੀਂ ਮੈਂ, ਮੈਂ ਤਾਂ ਇਹ ਵੀ ਜਾਣਦਾ ਕਿ ਤੁਹਾਨੂੰ ਇਹ ਸਾਰੇ ਕੀ ਕਹਿੰਦੇ ਆ। ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਮੈਨੂੰ, ਲੈ ਲਿਆ ਨਿਆਮ। ਯਾਰ ਵੀਰੇ ਥੱਕੇ ਜੇ ਪਏ, ਇਹ ਦੱਸ ਵੀ ਸਾਡੇ ਰਹਿਣ ਦਾ ਜੁਗਾੜ ਕਿੱਥੇ ਕਰਿਆ? ਲਓ ਬਾਈ ਲਾਹੋ ਥਕਾਵਟ, ਕਸੌਲ ਦਾ ਮਾਲ ਹੈ ਕਸੌਲ ਦਾ, ਸਾਰੀ ਥਕਾਵਟ ਫੁਰ ਹੋ ਜੂ। ਰਹਿਣ ਦੇ ਬਾਈ, ਪਹਿਲਾਂ ਪੁਲਿਸ ਵਾਲਿਆਂ ਨੇ ਲਾਤਾ ਸੀ, ਮਸਾ ਛੜਾਇਆ, ਹੁਣ ਤੂੰ ਨਾ ਲਾ ਦੀ ਕਿਤੇ ਬਾਈ, ਰਹਿਣ ਦੇ। ਬਾਈ ਤੁਸੀਂ ਖੜੇ ਕਿਉਂ, ਅੰਦਰ ਆਓ ਨਾ, ਮੋਸਟ ਵੈਲਕਮ, ਆਓ ਬਾਈ ਸਾਰੇ ਆਓ ਆਓ। ਬਾਈ ਫੇਰ ਫੇਰ ਕੀ, ਭੋਲੇ ਦਾ ਉਤਲਾ ਸਾਂ ਉੱਤੇ ਸਲੜਾ ਸਾਂ ਥੱਲੇ, ਪਰ ਚੱਲ ਮਰਨ ਵਾਲਾ ਤਾਂ ਚੰਗਾ ਹੀ ਹੈ, ਡਰ ਜੋ ਕਿਉਂ ਝੂਠੀਆਂ ਬੋਲੇ। ਕੀ ਗੱਲ ਬਾਈ, ਤੇਰੇ ਕਿਵੇਂ ਸੱਤੂ ਜੇ ਖਤਮ ਹੋਏ ਪਏ ਨੇ? ਕੁਛ ਨਹੀਂ ਯਾਰ, ਚੀਜ਼ਾਂ ਨਹੀਂ ਲੱਗਦਾ। ਲੈ ਬਾਈ ਆਹ ਲਵਾਓ ਜੀ, ਲਾ ਕੇ ਦੇਖ। ਉਹ ਲਾ ਕੇ ਤਾਂ ਦੇਖ ਬਾਈ। ਰਹਿਣ ਦੇ ਗਾਚੇ, ਨਹੀਂ ਲਾਉਂਦਾ ਬਾਈ। ਮਰਜ਼ੀ ਹੈ ਬਾਈ, ਫਿਰ ਪ੍ਰਧਾਨ ਸਾਹਿਬ ਨਹੀਂ ਕਹਿਣਾ ਕਿ ਸਾਡੇ ਗੈਸਟਾਂ ਦੀ ਸੇਵਾ ਨਹੀਂ ਕੀਤੀ। ਬਾਈ ਇੱਕ ਵਾਰ ਲਾ, ਮੇਰੀ ਖਾਤਰ ਲਾ ਕੇ ਦੇਖ ਬਾਈ। ਕੁਛ ਨਹੀਂ ਹੁੰਦਾ ਰਾਜੂ, ਇਹਦਾ ਵੀ ਮਨ ਰੱਖ ਲੈਂਦੇ ਹਾਂ ਯਾਰ। ਹਾਂ ਹੋਰ ਦੱਸ। ਇਹ ਬਣੀ ਨਾ ਗੱਲ ਬਾਈ, ਹੈ ਗਾਚੇ ਸੂਟਾਂ ਲਵਾਈਆਂ। ਹਾਂਜੀ ਬਾਈ ਹਾਂਜੀ।
भोले सुना कोई चुटकला चुटकला छड बई तेन मैं ना भोले की गल सुना एक केरा बई भोला वा गया फिल्म देख चंचल जवानी ये हो गया 15 मिनट लेट है जदों ही अंदर बढ़िया नाल बैठे बंदे नूं कहिंदा भाई किन्नी लंघी वह कहिंदा 15 मिनट की लंघी हजे कहिंदा कोई सीन ज्यादा ही लंघिया वह कहिंदा ना ना ये तो सारे सीन पए ने भाई जदों भी कोई दमदार जा सीन आया करे ये तो एक दूजे के मोढ़े नाल मोढ़ा मार के स्वाद लिया कर भाई जदों ही होया इंटरवाइल मच्चियां लाइटां फिर की कहां इहदा हुड़ा फिर की आओ फिर की जदों ये मोटर ते इहदा हुड़ा करे जदों इहदा हुड़ा मोटर ते ये करे इहदा 6 महीने एक दूजे के मत्थे ही नहीं लगे गांधी भाई यार एक छोटा जा काम सी भाई मणि माजरे मेरा एक प्लाट है एक मजदूर नूं तरस खा के रहने लई दे दिता सी भाई मजदूर यूनियन नूं नाल जोड़ के उन्हें मेरे प्लाट ते कब्जा कर लिया बस कब्जा लेना भाई कोई नहीं अज रात नूं ही करते हैं तेरा काम आप क्या लेने आए हो साहब जी सब कुछ तो बर्बाद कर दिया आपने तेरी भी तो गलती है क्यों नजायज कब्जा करे किसी के प्लाट पे क्या बात करते हो साहब जी हम क्यों कब्जा करेगा साहब जी कच्चा सेठ से हमने 5 साल पहले जमीन खरीदी थी जमीन के आगे से हाईवे क्या निकल गया अब ना पैसे देता है ना जमीन की रजिस्ट्री करवाता है सच कह रहे अरे साहब जी मैं भला झूठ क्यों बोलूं ओ आ गया मेरा गांधी भरा की होया भाई सालिया नशे ते लाके मैं तो गलत काम करवाना 7 बजे ने जे 2 बजे तक उस गरीब की रजिस्ट्री ना हुई तो मैं भूल चुका मैं तेरा नून खाता ठीक है भाई समझ गया चलो इतना धन्यवाद साहब जी कोई भी लोड होवे एक फोन कर दी बस चलो यार पिंड चलते हैं भाई आप पिंड नहीं जा सकते चारे क्यों पुलिस लभदी फिरदी है 307 वाले मुकदमे च पर यार इस घटिया बंदे कोल भी नहीं रहना आप ऐ करदे आप पेश हो जाने चलो DSP साहब एहो जाया गांधी हुण तुसीं आप ही दसो कि वह गुंडा है
प्रधान जी तुम बेफिक्र होकर घरे जाओ असि गांधी लभण लिये पूरी वाह ला दें पूरी है स्टोरी सुनाउन दिया सी ना जो मैं कहना तुम ये गुंडिया के मतलब क्यों लै रहे हो इंटरस्ट इना मैं क्या फिर गुंडा नहीं गा वो मतलब वो हक वास्ते जोड़ा बंद राइट तो हों खिलाने वाला बंद से कोई बंदा अगे सुनने वाला भी तो चंगा होगा बिल्कुल चलो बाकी इतों ही अगला पार्ट जी शुरू करते हैं आप।